हे गाइस, वेलकम बैक टू आवर न्यू व्लॉग। सो गाइस, मैं पता बहुत ही लेट मैं व्लॉग पाने लगी हां, तो ये व्लॉग बहुत ही ज्यादा कैट होने वाला वा। लास्ट तक जरूर देखियो। आज होगा बिंदु ते प्रैंक। प्रैंक बहुत ही ज्यादा जबरदस्त प्रैंक होने लगा मैं ते। मैं तो फर्स्ट टाइम लाइव प्रैंक देखना है, वीडियोस से देखती हूं, मेरा फर्स्ट टाइम होगा। स्टे ट्यून्ड गाइस। रैंडम तो सब लगा, कुछ बोलो ना, कुछ बोलो ना। नहीं, ये शुरू करना पड़ेगा ना व्लॉग बनाने तो पहले। सो हे गाइस, चलो अभी तुम स्टार्टिंग करो। ठीक है वहाँ जितने मैं बोल रही नहीं। सो हे गाइस, वेलकम बैक टू आवर न्यू व्लॉग। सो हे गाइस, वेलकम बैक टू आवर न्यू व्लॉग। सो हे गाइस, वेलकम बैक टू आवर न्यू व्लॉग। सो गाइस, सानू पता है व्लॉग बहुत ही ज़्यादा लेट हो गया वा, तो असं पहला कोई व्लॉग पाया नहीं क्योंकि असं बहुत ज़्यादा बिजी सके, बहुत ज़्यादा बिजी स्केड्यूल से साडा। अपनी भी थोड़ी जी की शॉपिंग भी करनी है। हम आप जावे एक न्यू स्टोर से दिखावे उ जाके की शॉपिंग करते हैं। स्टे ट्यून्ड गाइस, बाय बाय। बिंदु चौंकड़ी मार के बैगी देखी देख ला, आ खाने करके सिमरन मोटी नहीं होंगी बी। हूँ सारे कहना झूठ बोलता, ये धोखा किता मैं, धोखा साढ़े नाल कितना बड़ा धोखा। सानू डोसा आपके लिए शाही पनीर नाल राइस, राइस चने शाही पनीर का नाम भी नहीं लिया। तुसी मोटे हो जाना कल्ले। मैं क्यों कहती एक बार फिर ऑर्डर कर सा, ते मैं स्नैप पाना भूल गई। तो फिर की करना ऑर्डर करके स्नैप आके वापस। जिहड़ी सिमरन पतली है उहदा राज हैगा, सारा टब्बर खा बैठा वा। हुण देखो पलटी किवें मारी, लास्ट ते नहीं आएगी। खाओ खाओ खाओ, इहदे पतले होण दा राज ही इही है जी, बहुत घट खांदी आ। एक इन्हें डोसे की प्लेट खाधी आ, एक पाओ भाजी की, एक राइस खाधे आ। हूँ लंच लिए वधिया जी, असी देख के कोई रेस्टोरेंट इन लंच करवाना, इतों बाद फुलका खाना कि नान 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 हूँ नान खाऊगी। ये राज है पतले हो गाइस, खाना पीना हो चुके डन, तो हम आप चलने शॉपिंग कर। वन मोर थिंग गाइज, आप चले हैं एक ट्रिप ते, असी सारे ये दोनों सहेलियां, असी दोनों सहेलियां ते आप चले एक ट्रिप ते, नवे व्लॉग्स देखने लिए तैयार रहो गाइज। सो गाइज, हुण होण लगा प्रैंक स्टार्ट। किधर नु जाना आपा, चलो किथे प्रैंक करना है ना, ते उथे असि चले आ। पहला उन्हां नाल जाके स्टोर वाले नाल आपा करांगे गल्लबात की प्लानिंग
ਪਲੈਨਿੰਗ ਕਰਾਂਗੇ ਸਾਰੀ ਪ੍ਰੈਂਕ ਦੀ ਤੇ ਮੰਮਾ ਨੂੰ ਇਹ ਕਵਿਤਾ ਤੇ ਮੰਮਾ ਨੂੰ ਅਸੀਂ ਇੱਕ ਸਟੋਰ ਤੇ ਭੇਜ ਦਿੱਤਾ ਆਲਰੇਡੀ ਹੈ ਨਾ ਹਾਂ ਕਿ ਤੁਸੀਂ ਦੋਨੇ ਜਣੇ ਸ਼ਾਪਿੰਗ ਕਰੋ ਤੇ ਅਸੀਂ ਆ ਗਏ ਇੱਧਰ ਦਿਖਾਉਂਦੇ ਤੁਹਾਨੂੰ ਕੀ ਹੁੰਦਾ ਸੋ ਗਾਈਸ ਲੋਕੇਸ਼ਨ ਆਪਾਂ ਨੂੰ ਮਿਲ ਚੁੱਕੀ ਹੈ ਜਿੱਥੇ ਆਪਾਂ ਕਰਨਾ ਬਿੰਦੂ ਜੀ ਨਾਲ ਪ੍ਰੈਂਕ ਤੇ ਮੰਮਾ ਦਾ ਰਿਐਕਸ਼ਨ ਤੁਸੀਂ ਦੇਖਿਓ ਅੱਜ ਕੀ ਹੁੰਦਾ ਬੇਚਾਰੀ ਭੋਲੀ ਜੀ ਲੈਟਸ ਸੀ ਸਵੇਰ ਦਾ ਜਿਉਂ ਫੋਨ ਤੇ ਲੱਗਿਆ ਤੁਸੀਂ ਪਤਾ ਕੀ ਕਰਨਾ ਬਿੰਦੂ ਐਂਟਰ ਹੋਊਗੀ ਮੈਂ ਅੱਗੇ ਲਿਆਊਂਗਾ ਤੁਸੀਂ ਇਹ ਗੱਲ ਕਹਿਣੀ ਹੈ ਕਿ ਮੈਡਮ ਲੋਲਾ ਫੈਮਿਲੀ ਦਿਖਾਣੀ ਚਲੋ ਤੁਹਾਡੇ ਕਹਿਣ ਤੇ ਜੋ ਮਰਜ਼ੀ ਲੈ ਲਓ 20 ਆ 30 ਆ 40 ਆ ਜੋ ਮਰਜ਼ੀ ਸਮਾਨ ਲਓ ਤੁਸੀਂ ਤੁਹਾਨੂੰ ਫ੍ਰੀ ਹੈ ਠੀਕ ਹੈ ਉਦੋਂ ਬਾਅਦ ਤੁਸੀਂ ਜਦੋਂ ਸਮਾਨ ਹੈ ਤੁਸੀਂ ਗੈਬ ਹੋ ਜਾਣਾ ਤੁਸੀਂ ਇੱਥੇ ਨਹੀਂ ਖੜਨਾ ਇੱਥੇ ਬਿਲਿੰਗ ਕਾਊਂਟਰ ਤੇ ਤੁਸੀਂ ਸਮਝਾ ਦੋਗੇ ਪੈਸੇ ਲੱਗਣਗੇ ਸਾਨੂੰ ਨਹੀਂ ਪਤਾ ਕੌਣ ਉਹ ਤੁਹਾਡਾ ਕੋਈ ਫੈਨ ਹੋਣਾ ਬਸ ਸਾਨੂੰ ਬੁਲਾ ਲਾਂਗੇ ਆਪਾਂ ਦੀ ਨੇੜੇ ਹੀ ਠੀਕ ਕੈਮਰਾ ਫਿਟਿੰਗ ਦੀ ਤਿਆਰੀ ਚੱਲ ਰਹੀ ਆ ਇੱਕ ਕੈਮਰਾ ਹੁਕਰ ਮੇ ਤੱਕ ਹਾਂ ਕਿਉਂਕਿ ਮੈਂ ਵਲੌਗ ਨੂੰ ਸ਼ੂਟ ਕਰਦੀ ਹਾਂ ਅੰਕਲ ਨੂੰ ਕੋਈ ਸ਼ੱਕ ਵੀ ਨਹੀਂ ਹੋਊਗਾ ਹਾਂ ਮੈਂ ਫੜ ਲੂੰ ਬਸ ਜਿਵੇਂ ਰੈਂਡਮਲੀ ਕਿੱਦਾਂ ਰੱਖੂੰਗੀ ਰੈਂਡਮ ਜੀ ਪੋਜੀਸ਼ਨ ਨਾਲ ਮੇਰਾ ਕਿਹੜਾ ਪਤਾ ਲੱਗਣਾ ਹੈ ਪਰ ਕਲੀਅਰ ਦਿਖਣਾ ਚਾਹੀਦਾ ਸਾਰਾ ਕਲੀਅਰ ਦਿਖੂਗਾ ਪਰਫੈਕਟ ਹੈ ਨਾ ਤੇ ਇੱਕ ਤਾਂ ਆਪਾਂ ਨੂੰ ਇੱਥੇ ਕਾਊਂਟਰ ਤੇ ਫਿਕਸ ਕਰਨਾ ਪੈਣਾ ਉਹ ਕੈਮਰਾ ਕਿਤੇ ਇੱਥੇ ਕਿੱਥੇ ਲਾਵਾਂਗੇ ਆਪਾਂ ਕਿੱਥੇ ਲਾ ਸਕਦੇ ਆ ਇੱਥੇ ਤਾਂ ਲੱਗੀ ਫੜ ਸਕਦੇ ਕੈਮਰਾ ਉਹਦਾ ਜਾਂ ਕੋਈ ਲੜਕਾ ਤੇ ਹੁਣੇ ਆਪਾਂ ਨੂੰ ਸਾਰੀ ਸੈਟਿੰਗ ਕਰਨੀ ਪੈਣੀ ਨੇਮ ਸ਼ੱਕ ਪੈ ਜਾਣਾ ਫਿਰ ਜਦੋਂ ਉਦੋਂ ਵੀਡੀਓ ਬਣਾਉਣ ਲੱਗੇ ਦੱਸਦੇ ਆ ਕੀ ਆ ਬਿੰਦੂ ਇੱਥੇ ਆਊਗੀ ਭਾਜੀ ਉਹਨੂੰ ਕਹਿਣਗੇ ਕਿ ਤੁਹਾਨੂੰ ਸਾਰਾ ਕੁਛ ਫ੍ਰੀ ਆ ਜੋ ਮਰਜ਼ੀ ਲੈ ਲਓ ਐਂਡ ਦੇ ਭਾਜੀ ਨੂੰ ਆਪਾਂ ਗਾਇਬ ਕਰ ਦੇਣਾ ਬਿਲਿੰਗ ਵਾਲਾ ਲੜਕਾ ਹੋਰ ਖੜਾ ਦੇਣਾ ਉਹਦੇ ਫਿਊ ਹੀ ਉਡਾ ਦੇਣੇ ਬਿੰਦੂ ਦੇ ਲੈਟਸ ਸੀ ਸਾਡਾ ਪਲਾਨ ਹੁੰਦਾ ਕਾਮਯਾਬ ਕਿ ਨਹੀਂ ਅਫਕੋਰਸ ਹੋਊਗਾ ਰਿਐਕਸ਼ਨ ਦੇਖਣ ਵਾਲੇ ਹੋਊਗੇ ਆਏ ਉਹਨਾਂ ਦੇ ਵਿਚਾਰ ਤੁਹਾਡਾ ਵੀ ਫਸਟ ਇਦਾਂ ਹੋਣਾ ਹੈ ਐਕਸਪੀਰੀਅੰਸ ਫਸਟ ਐਕਸਪੀਰੀਅੰਸ ਹੈ ਤੁਹਾਡਾ ਸਾਡਾ ਫਸਟ ਐਕਸਪੀਰੀਅੰਸ ਹਾਂ ਇਹ ਮੈਂ ਤਾਂ ਨਹੀਂ ਲਿੱਤੀ ਇਹਨਾਂ ਨੂੰ ਇਹਨਾਂ ਨੂੰ ਮਿਲ ਗਈ ਕੁਛ ਨਹੀਂ ਸੀ ਵੈਸੇ ਕੁਛ ਨਹੀਂ ਸੀ ਉੱਥੇ ਇਹਨਾਂ ਨੇ ਲੈ ਲਈ ਨਹੀਂ ਚਲ ਚਲੋ ਚੱਲੇ ਕਿੱਥੇ ਵੈਸੇ ਆਪਾਂ ਹੈ ਚੱਲੇ ਕਿੱਥੇ ਆਪਣੀ ਟ੍ਰਿਪ ਕਿੱਥੋਂ ਦੀ ਆ ਦੱਸਣਾ ਵਾ ਨਹੀਂ ਦੱਸਣਾ ਦੱਸਣਾ ਨਹੀਂ ਹੈ ਹਲੇ ਆਪਾਂ ਦੱਸਣਾ ਨਹੀਂ ਨਾ ਆਪਾਂ ਕਿੱਥੇ ਚੱਲੇ ਆ ਹਾਂ ਸ਼ੋਪਿੰਗ ਜਿਹੜੀ ਸਟਾਰਟ ਕਰਤੀ ਹੈ ਬਿੰਦੂ ਜੀ ਨੇ ਅਤੇ ਭਾਜੀ ਨੇ ਵੀ ਆਪਣਾ ਕਹਿਤਾ ਉਹਨਾਂ ਨੂੰ ਗਰਮੀਤਾ ਦਾ ਕੈਮਰਾ ਦੇਖਿਓ ਭਾਈ ਗਰਮੀਤਾ ਲੁੱਕ ਲੁੱਕ ਕੇ ਸ਼ੂਟ ਕਰਦੀ ਪਈ ਹੈ ਕੱਪੜੇ ਆ ਇਹ ਕੁੜਤੀ ਸਟਾਈਲ ਵੀ ਕੰਮ ਆ ਰਹੀ ਹੈ ਬਲੈਕ ਲੈਗਿੰਗ ਦੇ ਨਾਲ ਵੀ ਕੱਲਾ ਵੀ ਪਰ ਚੂਨੀ ਟਾਈਪ ਵੀ ਪਾ ਲਈ ਕਰੋ ਅੱਗੇ ਤੇ ਹਾਂਜੀ ਹਾਂਜੀ ਮੈਂ ਖਾਣਾ ਪੀਣਾ ਕੀ ਹੈ ਤੁਸੀਂ ਮੈਨੂੰ ਸੋਚੀ ਨਹੀਂ ਕੋਈ ਸ਼ੋਪਿੰਗ ਕਰਨੀ ਹੈ ਥੋੜੀ ਜਿਹੀ ਮੈਨੂੰ ਕਿਹਾ ਇਹ ਕਿੰਨਾ ਮਰਜ਼ੀ ਲੈ ਲਓ ਕਿੰਨਾ ਮਰਜ਼ੀ ਲੈ ਲਓ ਕਿਹਾ ਉਹ ਦੂਜੇ ਤੇ ਨਹੀਂ ਪੱਲੀ ਨਹੀਂ ਆ ਸੋਣਾ ਕਿ ਹੋਏ ਬਸ ਹੋ ਗਿਆ ਕਲਰ
दस या बी या तीन या चालीस दिन हो गया चक्की जी पर ना सही दसा बिलकुल ही रीजनेबल प्राइस आ देखो ले लो ना दो तीन ले लो मेरे लिए भी ले लो मेरे छोटे रह जाने से नहीं रहते हां स्ट्रेच बहुत स्ट्रेच मैंने मैं कह रहा हूं दसना मैं जाने हम बोल रहा हूं ਲੈਣਾ ਉਹਨਾਂ ਨੇ ਕਿਹਾ ਵਾ ਕਿ ਜੋ ਮਰਜ਼ੀ ਲੈ ਲਓ ਪਰ ਨਹੀਂ ਚੰਗਾ ਲੱਗਦਾ ਫਿਰ ਵੀ ਇੰਨਾ ਕੱਪੜਾ ਹੋਗਾ ਮੇਰੇ ਕੋਲ ਤਾਂ ਪਹਿਲੇ ਹੀ ਬਹੁਤ ਪਏ ਕੱਪੜੇ ਇੱਕ ਤਾਂ ਹੋਰ ਲੈ ਲਓ ਤੁਹਾਨੂੰ ਹੁਣ ਮੈਨੂੰ ਮਿਲਦੀ ਨਾ ਇਹ ਵਾਲੀ ਆਫਰ ਫਿਰ ਦੇ ਦੇ ਤੁਸੀਂ ਸਿੱਧੂ ਇੰਨੀ ਪਹਿਲਾਂ ਬਾਰੀਆਂ ਭਰੀਆਂ ਪਈਆਂ ਕੋਈ ਨਾ ਬਾਰੀ ਬਸ ਕਰਾਂ ਆਪਾਂ ਬਾਰੀ ਨਵੀਂ ਲੈ ਲਾਂਗੇ ਬਾਰੀ ਨਵੀਂ ਲੈ ਲਿਓ ਬੁੱਲੇ ਲੁੱਟੋ ਤੁਸੀਂ ਚੱਲੇ ਬਾਹਰ ਭਾਜੀ चलो जी हूँ मैं कैमरा सैट कर लगी एक क्योंकि आप उन्होंने सामने तो शूट कर ही नहीं सकते तो हूँ मैं कैमरा सैट कर दूंगी क्योंकि उन्होंने सामने तो आप शूट कर नहीं सकते इसलिए इतने मैं कैमरा सैट करके जाऊंगी हूँ तो फिर शूट होगा रिएक्शन कैमरा सैट कर सो दीदी गए ने कैमरा सैटिंग करन उथे सैट करना है जिथे आवाज भी प्रॉपर आवे एंड साडा व्यू भी प्रॉपर होवे इट्स अ डिफिकल्ट टास्क बहुत डिफिकल्ट टास्क बस बहुत क्राउड भी है कोई गल नहीं है ना वीर जी मेरा आ जाओ जी एंड we are about to set the camera comfort 950 on hdfc bank smart hub wi-fi chalo grao bill jaldi hai oh matlab lo pack kar ke kapde दूजे भाई कि रात ਕਿੱਥੇ ਸੀਗਾ ਕੋਈ ਜਦੋਂ ਅਸੀਂ ਆਏ ਸੀ ਤਾਂ ਮਿਲੇ ਸੀ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਤੁਹਾਡੇ ਕੋਈ ਵਾਗ ਹੋਣੇ ਆ ਮੈਨੂੰ ਤਾਂ ਪਤਾ ਨਹੀਂ ਨਹੀਂ ਉਹਨਾਂ ਨੇ ਮਤਲਬ ਸਾਨੂੰ ਬੁਲਾਇਆ ਉਹਨਾਂ ਨੇ ਕਿਹਾ ਜੇ ਤੁਸੀਂ ਮਿਲਣਾ ਵਾਲੇ ਹੋ ਤਾਂ ਹਾਂਜੀ ਮੈਨੂੰ ਤਾਂ ਪਤਾ ਨਹੀਂ ਜੀ ਇਹ ਚੀਜ਼ ਦਾ ਆ ਦੇਖੋ ਕੀ ਨਹੀਂ ਪਤਾ ਇੱਥੇ ਆਨਰ ਤਾਂ ਮੈਂ ਹੀ ਆ ਜੀ ਉਹ ਤੁਹਾਡੇ ਕੋਈ ਤੁਹਾਡੇ ਨਾਲ ਤਾਂ ਖੜੇ ਸੀ ਉਹ ਵਾਗ ਹੋਣੇ ਆ ਕੋਈ ਜੀ ਤੁਹਾਡੇ ਮੈਂ ਨਾ ਉਧਰ ਲਾਈਨ 'ਚ ਉਹਨਾਂ ਨੂੰ ਖੜੇ ਦੇਖਿਆ ਵਾ ਤੁਹਾਡੇ ਵੱਲ ਸਾਈਡ ਤੇ ਨਹੀਂ ਹੁਣ ਕਿੱਧਰ ਚਲੇ ਗਏ ਪਹਿਲਾਂ ਤਾਂ ਸੀਗਾ ਮੈਂ ਜਿਹੜੀ ਕਈ ਕਸਟਮਰ ਹੈ ਕਸਟਮਰ ਹੋਣਾ ਜੀ ਤੁਹਾਨੂੰ ਉਹਨਾਂ ਨੇ
ਫਿਰ ਇੱਦਾਂ ਕਿੱਦਾਂ ਕਹਿ ਸਕਦੇ ਹੋ ਪੈਸੇ ਚਾਹੀਦੇ ਤੁਸੀਂ ਲੈਸ ਲੁੱਕ ਕਰ ਲਓ ਥੋੜੀ ਜਿਹੀ ਕੀ ਫਿਕਸ ਪ੍ਰਾਈਸ ਹੈ ਚਲੋ ਫਿਰ ਦੋ ਆਪਾਂ ਇਹਨੇ ਤੱਕ ਲੈ ਲੈ ਕੇ ਆਏ ਨਹੀਂ ਲੈਣੇ ਤਾਂ ਹੈਗੇ ਥੋੜੇ ਲੈ ਲਓ ਕੀ ਹੋ ਗਿਆ ਤੇ ਕੀ ਹੋ ਗਿਆ ਆ ਬਾਪੜੇ ਉਹ ਟੁੱਟ ਚੁੱਕੇ ਆ ਕੋਈ ਨਹੀਂ ਤਾਂ ਸੁਰ ਕਿਉਂ ਹੋ ਗਿਆ ਆ ਥੋੜਾ ਹੁੰਦਾ ਹੈ ਛੱਡੋ ਕੰਮ ਜਦੋਂ ਅਸੀਂ ਅੰਦਰ ਆਏ ਸੀ ਉਹਨਾਂ ਨੇ ਆਪੇ ਆ ਕੇ ਕਿਹਾ ਸਾ ਹਾਂ ਕਿਹਾ ਸਾ ਕੋਈ ਗੱਲ ਨਹੀਂ ਕੀ ਹੋ ਗਿਆ ਫਿਰ ਕੀ ਤੁਸੀਂ ਇਹਨਾਂ ਦੇ ਵਿੱਚੋਂ ਇੱਥੇ ਰੱਖਿਓ ਸਿਲੈਕਟਡ ਪੀਸ ਮੈਂ ਨਹੀਂ ਲੈਣਾ ਜੀ ਕੋਈ ਜਿਹੜੇ ਸਿਲੈਕਟਡ ਆ ਉਹ ਰੱਖੋ ਕੋਈ ਜਿਹੜੇ ਸਿਲੈਕਟਡ ਆ ਉਹ ਰੱਖੋ ਕੋਈ ਕੰਮ ਨਾ ਸਿਲੈਕਟਡ ਤੁਸੀਂ ਰੱਖ ਦਿਓ ਇੱਥੇ ਵਾਲੀ ਸਾਫ ਲੈ ਲਓ ਪੰਡੇ ਸਾਰੇ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਇੱਕ ਦੋ ਪੀਸ ਲਾ ਲਓ ਬਸ ਇੱਕ ਤਾਂ ਸਹੀ ਉਹ ਜਿਹੜਾ ਅੰਦਰ ਤੁਹਾਡੇ ਕੈਮਰੇ ਨਹੀਂ ਲੱਗੇ ਹੋਏਗੇ ਕੈਮਰਾਸ ਹੈ ਨਹੀਂ ਕਿਉਂ ਤੋ ਇਸ ਤਰ੍ਹਾਂ ਦਾ ਨਾ ਬੰਦਾ ਥੋੜਾ ਜਿਹਾ ਆਪਾਂ ਨੂੰ ਵੀ ਲੱਗਦਾ ਵੀ ਚੰਗਾ ਨਹੀਂ ਲੱਗਦਾਗਾ ਉਹ ਰਹਿਣ ਦੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਦੋ ਲੈ ਲਓ ਹਨਾ ਇੱਕ ਦੋ ਲੈ ਲਓ ਨਹੀਂ ਲੈਣ ਨੂੰ ਤਾਂ ਲੈ ਲਈ ਉਹ ਕੋਈ ਗੱਲ ਨਹੀਂ ਹੈਗੀ ਪਰ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਆ ਗਏ ਰੋਣਾ ਚਲੋ ਵੀ ਇੱਦਾਂ ਡਬਲ ਦੋ ਸਾਰਾ ਸਾਰਾ ਸਮਾਨ ਪੈਕ ਕਰ ਦੋ ਫ੍ਰੀ ਦੇ ਜੀ ਖੁਸ਼ ਹੋ ਜਾਣਾ ਨਹੀਂ ਨਹੀਂ ਇਹਨੂੰ ਪ੍ਰੈਂਕ ਹੋਇਆ ਹੀ ਪਤਾ ਜਦੋਂ ਗੱਡੀ ਬੈਡਲ ਪਵਾ ਕੇ ਲਿਆ ਕਰ ਲਈ ਸ਼ੋਪਿੰਗ
बेचारे भोले जे मेरा नहीं पता इंसल्ट हो गया ना तानू इंसल्ट कर दी इन्ने कपड़े ले ले भाजी डबल कर दो हुण चल बैठी बैठी गड्डी च मैं लेके कबराट पा चल ते मैं प्रैंक करना सी देखो कोई और है नहीं सी प्रैंक पे गया उल्टा हुण गाना बहुत पैनी है हणा मेरे तो वालियां पैनियां बट नहीं बहुत रियल लग गया मैं तो फर्स्ट टाइम प्रैंक देखता हूं बट इट वाज सो रियल प्लानिंग है काट के लाएंगे ਸਾਡੀ ਪਲੈਨਿੰਗ ਸੀਗੀ ਇਹ ਵੀ ਆਪਾਂ ਇਦਾਂ ਕਰਨਾ ਆ ਤੇ ਕਰਮੀ ਤਾਂ ਤੂੰ ਦੱਸ ਕਿੱਦਾਂ ਲੱਗਿਆ ਪਸੰਦ ਆਊਗਾ ਸਾਰਿਆਂ ਨੂੰ ਆਫ ਕੋਰਸ ਭਾਜੀ ਥੈਂਕ ਯੂ ਸੋ ਮਚ ਤੁਹਾਡੀ ਦੁਕਾਨ ਕਿਹੜੀ ਹੈ ਬੋਲਿਓ ਮੜਾ ਜੀ ਆਰਕੇ ਐਂਪੋਰੀਅਮ ਸਾਰਾ ਐਡਰੈਸ ਦੱਸ ਦੋ ਆਰਕੇ ਐਂਪੋਰੀਅਮ ਪਿੰਕ ਪਲਾਜ਼ਾ ਕੰਪਲੈਕਸ ਦੇ ਵਿੱਚ ਹੈਗੇ ਆਪਣੇ ਮਾਡਲ ਟਾਊਨ ਗੁਲਾਟੀ ਚੌਂਕ ਦੇ ਵਿੱਚ